game, not your typical, atypical. You gotta watch your energy, cause we were reciprocals. Diamonds so clear, shorty thought they was invisible. Bulletproof the vibe, butterflies when the money come to mind. All the money make me calm. ਹਾਂਜੀ 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 ਯਾਰੋ ਮਿੱਤਰੋ ਬੇਲੀਓ, ਕੀ ਹਾਲ ਚਾਲ ਹੈ ਤੁਹਾਡਾ? ਮੈਂ ਤੁਹਾਡਾ ਆਪਣਾ ਜ਼ਹੀਰ ਪੱਟੀ, ਵੈਲਕਮ ਬੈਕ ਟੂ ਦੀ ਚੈਨਲ ਪੀਕੇ ਸਵੈਗ। ਅੱਜ ਇੱਕ ਹੋਰ ਰਿਐਕਸ਼ਨ ਵੀਡੀਓ ਲੈ ਕੇ ਆਇਆ। ਗਾਣੇ ਦਾ ਨਾਂ ਹੈ ਟੱਕਰੇ ਬਾਈ ਵਨ ਐਂਡ ਓਨਲੀ ਜੱਸਾ ਢਿੱਲੋਂ ਤੇ ਗੁਰ ਸਿੱਧੂ ਦਾ ਮਿਊਜ਼ਿਕ ਹੈ। ਜੱਸਾ ਢਿੱਲੋਂ ਦਾ ਲਾਸਟ ਟਾਈਮ ਗਾਣਾ ਆਇਆ ਸੀ ਟਲ ਜਾ, ਮੈਂ ਕਹਿੰਦਾ ਐਂਡ ਕਰਾਈ ਪਈ ਹੈ ਐਂਡ ਬਾਈ ਨੇ। ਜੱਸਾ ਢਿੱਲੋਂ ਦਾ ਇੱਕ ਗਾਣਾ ਆਇਆ ਸੀ ਬੋਹੀਮੀਆਂ ਭਾਜੀ ਦੇ ਨਾਲ, ਉਹ ਵੀ ਬਹੁਤ ਘੈਂਟ ਸੀ। ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਸੀਂ ਵੀ ਜੱਸਾ ਢਿੱਲੋਂ ਅਤੇ ਗੁਰ ਸਿੱਧੂ ਬਾਈ ਦੇ ਮਿਊਜ਼ਿਕ ਦੇ ਫੈਨ ਹੋ, ਅਤੇ ਕਮੈਂਟ ਜ਼ਰੂਰ ਕਰਿਓ। ਵਿਹਨੇ ਆ ਜੀ ਇਹ ਗਾਣਾ ਕਿਵੇਂ ਦਾ। ਸੁੱਖ ਸੰਘੇੜੇ ਨੇ ਵੀਡੀਓ ਕੀਤੀ ਹੈ ਅਤੇ ਅੱਜ ਤੋਂ ਬਾਅਦ ਤੂੰ ਮੈਨੂੰ ਟੱਕਰਨਾ ਨਹੀਂ ਚਾਹੀਦਾ। ਆ ਤੇਰਾ ਏਰੀਆ ਅਤੇ ਇੱਧਰ ਮੇਰਾ, ਖਿੱਚ ਦੇ ਲਈ ਰਿਕਾਰਡੋ। ਕਿੰਨਾ ਚਿਰ ਧੜਕੇ ਸੀਨਾ, ਪੱਟ ਜੜਾ ਚੋਂ ਰੱਖ ਦਈਏ ਨੀ ਜੜੇ ਲਾਉਣ ਸਕੀਮਾ। ਹੋਏ ਸੁਸ਼ਾਂਤ ਵੈਰ ਦੇ ਪਾਲੇ ਨੀ, ਹੋ ਕਿੰਨੀ ਵੇਲੀ ਟਾਲੇ ਨੀ, ਰਹਿ ਗਏ ਬਾਕੀ ਢਾਲਾਂਗੇ ਨੀ ਅਸੀਂ ਇੰਨੇ ਵੀ ਨਾ ਕਾਲੇ ਨੀ। ਚੀਰਾ ਦੇ ਕੇ ਚੀਰਾ ਦੇ ਕੇ ਚੀਰਾ ਦੇ ਕੇ ਲਾ ਲਈ ਦੀ ਟੱਪਦਾ ਨੀ ਮਹੀਨਾ। ਟੱਕਰੇ ਹੁੰਦੇ ਰਹਿਣੇ ਨੇ ਕਿੰਨਾ ਚਿਰ ਧੜਕੇ ਸੀਨਾ, ਪੱਟ ਜੜਾ ਚੋਂ ਰੱਖ ਦਈਏ ਨੀ ਜੜੇ ਲਾਉਣ ਸਕੀਮਾ। ਟੱਕਰੇ ਹੁੰਦੇ ਦਿਸ ਚੈਨਲ ਡਸ ਨਾਟ ਪ੍ਰੋਵੋਕ ਐਨੀ ਕਾਈਂਡ ਆਫ ਡਰੱਗਸ ਪੀਰੀਅਡ। ਰਹਿਣੇ ਨੇ ਕਿੰਨਾ ਚਿਰ ਧੜਕੇ ਸੀਨਾ, ਪੱਟ ਜੜਾ ਚੋਂ ਰੱਖ ਦਈਏ ਨੀ ਜੜੇ ਲਾਉਣ ਸਕੀਮਾ। ਯੋ ਡਾਂਸ ਵਾਲਾ ਗਾਣਾ ਹੈ, ਡਾਂਸ ਵਾਲਾ, ਡਾਂਸ ਫਲੋਰ ਦੇ ਉੱਤੇ। ਫੁੱਲਾਂ ਤੇ ਸਾਰੀ ਦੁਨੀਆ ਚੱਲਦੀ ਟੁੱਲਾਂ ਤੇ, ਜਾਨ ਯਾਰ ਲਈ ਦੇ ਸਕਦੇ ਭਾਵੇਂ ਗਾਲ ਰਹਿੰਦੀ ਆ ਫੁੱਲਾਂ ਤੇ। ਜਿਹੜੇ ਕਹਿੰਦੇ ਆ ਵੀ ਜ਼ੋਰ ਬੜਾ, ਜਿੱਥੇ ਮਰਜ਼ੀ ਆ ਕੇ ਖਾ ਸਕਦੇ, ਹੋ ਚੀਕ ਪਵਾ ਕੇ ਛੱਡਾਂਗੇ ਕਲ ਬਿਲ ਪੀ ਤਿਉਂ ਵੀ ਪੈ ਸਕਦੇ। ਹੋ ਚਾਦਰੇ ਵਾਲੇ ਚਾਦਰੇ ਵਾਲੇ ਚਾਦਰੇ ਵਾਲੇ ਜੱਟਾਂ ਤੋਂ ਕਿਵੇਂ ਖੋਣ ਜ਼ਮੀਨਾਂ, ਖੋਣ ਜ਼ਮੀਨਾਂ। ਟੱਕਰੇ 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 ਹੁੰਦੇ ਧੜਕੇ ਸੀਨਾ, ਪੱਟ ਜੜਾ ਚੋਂ ਰੱਖ ਦਈਏ ਨੀ ਜੜੇ ਲਾਉਣ ਸਕੀਮਾ। ਟੱਕਰੇ ਹੁੰਦੇ ਰਹਿਣੇ ਨੇ ਕਿੰਨਾ ਚਿਰ ਧੜਕੇ ਸੀਨਾ, ਪੱਟ ਜੜਾ ਚੋਂ ਰੱਖ ਦਈਏ ਨੀ ਜੜੇ ਲਾਉਣ ਸਕੀਮਾ। ਤੂੰ ਜਾਪ
ਟੱਪਦੀਆਂ ਜੱਟ ਸੌਣ ਮਹੀਨਾ ਟੱਕਰੇ ਟੱਕਰੇ ਹੁੰਦੇ ਨੇ ਜਿੰਨਾ ਚਿਰ ਧੜਕੇ ਸੀਨਾ ਪੱਟ ਜੜਾ ਚੋਂ ਰੱਖਦੀ ਏ ਨਿਜੇੜੇ ਲਾਉਣ ਸਕੀਮਾ ਟੱਕਰੇ ਹੁੰਦੇ ਨੇ ਜਿੰਨਾ ਚਿਰ ਧੜਕੇ ਸੀਨਾ ਪੱਟ ਜੜਾ ਚੋਂ ਰੱਖਦੀ ਏ ਨਿਜੇੜੇ ਲਾਉਣ ਸਕੀਮਾ ਵਾਹ ਜੱਸਾ ਢਿੱਲੋਂ ਵਾਹ ਅਤੇ ਗੁਰ ਸਿੱਧੂ ਯਾਰ ਬਹੁਤ ਹੀ ਜ਼ਬਰਦਸਤ ਗਾਣਾ ਸੀ ਬਹੁਤ ਹੀ ਫਨ ਇੰਟਰਟੇਨਿੰਗ ਗਾਣਾ ਸੀ ਫੁੱਲ ਡਾਂਸ ਫਲੋਰ ਦਾ ਮਾਹੌਲ ਸੀ ਡਾਂਸ ਕਰੋ ਇਸ ਗਾਣੇ 'ਤੇ ਖੁੱਲ੍ਹਾ ਠੀਕ ਰਹੇ ਟਾਕਰੇ ਹੁੰਦੇ ਰਹਿਣੇ ਨੇ ਜੋੜੀ ਬੜੀ ਜ਼ਬਰਦਸਤ ਹੈ ਬਈ ਇੱਕ ਸਾਈਡ 'ਤੇ ਜੱਸਾ ਢਿੱਲੋਂ ਜਿਹੜਾ ਕਿ ਲਿਰਿਸਿਸਟ ਹੈ ਅਤੇ ਗਾਉਂਦਾ ਵੀ ਹੈ ਦੂਜੀ ਸਾਈਡ 'ਤੇ ਵੇ ਗੁਰ ਸਿੱਧੂ ਬਾਈ ਜਿਹੜਾ ਪਹਿਲਾਂ ਮਿਊਜ਼ਿਕ ਹੀ ਕਰਦਾ ਹੁੰਦਾ ਸੀ ਲੇਕਿਨ ਹੁਣ ਲਾਸਟਲੀ ਉਹ ਗਾਣੇ ਵੀ ਗਾਣੇ ਸ਼ੁਰੂ ਕਰ ਦਿੱਤੇ ਨੇ ਵਿਚ ਇਜ਼ ਡਿਫਰੈਂਟ ਮੋਸਟ ਆਫ ਦਾ ਆਰਟਿਸਟ ਡੂਇੰਗ ਦ ਸੇਮ ਥਿੰਗ ਪਹਿਲਾਂ ਉਹ ਮਿਊਜ਼ਿਕ ਡਾਇਰੈਕਟਰ ਸੀ ਹੁਣ ਉਹ ਸਿੰਗਰ ਵੀ ਬਣ ਗਿਆ ਲਾਈਕ ਪਰਮੇਸ਼ ਵਰਮਾ ਸੀ ਜਿਵੇਂ ਉਹ ਪਹਿਲਾਂ ਡਾਇਰੈਕਟਰ ਸੀ ਹੁਣ ਸਿੰਗਰ ਵੀ ਬਣ ਗਿਆ ਬਹੁਤ ਹੀ ਜ਼ਬਰਦਸਤ ਬਹੁਤ ਹੀ ਘੈਂਟ ਕੰਮ ਕੀਤਾ ਸੁੱਖ ਸੰਗੇੜਾ ਬਾਈ ਨੇ ਵੀਡੀਓ ਬਣਾਈ ਹੈ ਮੈਂ ਕਹਿੰਦਾ ਮਜ਼ਾ ਆ ਗਿਆ ਮਜ਼ਾ ਮਿਕਸ ਐਂਡ ਮਾਸਟਰ ਬਹੁਤ ਜ਼ਬਰਦਸਤ ਕੀਤਾ ਗਿਆ ਠੀਕ ਹੈ ਹਰ ਚੀਜ਼ ਨੂੰ ਇੱਕ ਨਾਲ ਐਂ ਜੁੜ ਕੇ ਵਿਖਾਇਆ ਗਿਆ ਪਹਿਲਾਂ ਉਹ ਆਪਸ ਦੇ ਵਿੱਚ ਲੜਦੇ ਸਨ ਲੇਕਿਨ ਇੱਕ ਟਾਈਮ ਐਸਾ ਆਇਆ ਕਿ ਉਹ ਆਪਸ 'ਚ ਉਹਨਾਂ ਦੀ ਸੁਲਾਹ ਹੋ ਗਈ ਅਤੇ ਵਿਆਹਾਂ ਦੇ ਤੈਨੂੰ ਪਤਾ ਹੀ ਹੈ ਫਿਰ ਜਦੋਂ ਘੁੱਟ ਛੁੱਟ ਲੱਗਾ ਹੋਇਆ ਤਾਂ ਸਾਰੇ ਹੀ ਰਲ ਰੁਲ ਕੇ ਨੱਚਣ ਲੱਗ ਪੈਂਦੇ ਨੇ ਐਵੇਂ ਹੀ ਉਹਦੇ ਨਾਲ ਐਂਡ 'ਤੇ ਸਾਰੇ ਡਾਂਸ ਕਰਨ ਲੱਗ ਪਏ ਨੇ ਕਾਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਨੂੰ ਇਹ ਰਿਐਕਸ਼ਨ ਵੀਡੀਓ ਕਿਵੇਂ ਦੇ ਲੱਗਾ ਠੀਕ ਹੈ ਗਾਣਾ ਜ਼ਬਰਦਸਤ ਹੈ ਗਾਣਾ ਚੱਲੇਗਾ ਠੀਕ ਹੈ ਜੱਸਾ ਢਿੱਲੋਂ ਘੈਂਟ ਬੰਦਾ ਹੈ ਗੁਰ ਸਿੱਧੂ ਪੁਰਾਣਾ ਖਿਲਾੜੀ ਹੈ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਪੋਰਟ ਐਨ ਜੀ ਜਾਰੀ ਰੱਖੋਗੇ ਆਪਣਾ ਬਹੁਤਾ ਬਹੁਤਾ ਖਿਆਲ ਰੱਖਿਓ ਮਾਂ ਬਾਪ ਦਾ ਸਤਿਕਾਰ ਕਰੋ ਨਸ਼ਿਆਂ ਤੋਂ ਦੂਰ ਰਹੋ ਮਿਲਦੇ ਹਾਂ ਅਗਲੇ ਰਿਐਕਸ਼ਨ ਵੀਡੀਓ ਤੱਕ ਰੱਬ ਰਾਖਾ I remember when them niggas used to doubt that I was waiting on a love and get an ounce back Greatest blessings my mistakes I learned to bounce back Throwing money just to flex and watch it bounce that I still remember time